ਸਤਿ ਸ਼੍ਰੀ ਅਕਾਲ ਕਿਸਾਨ ਭਰਾਓ, ਮੇਰਾ ਨਾਮ ਹਰਮਨਦੀਪ ਸਿੰਘ, ਢਾਣੀ ਗੁਰੂ ਨਾਨਕ ਨਗਰ, ਪਿੰਡ ਪੱਕਾ ਸਾਰਨਾ। ਕਿਸਾਨ ਭਰਾਓ, ਮੈਂ ਆਪਣੀ ਗੁਆਰ ਦੀ ਫਸਲ ਦਾ ਰਿਵਿਊ ਦੇਣਾ ਚਾਹੂੰਗਾ ਤੁਹਾਨੂੰ। ਆਹ ਮੇਰਾ ਗੁਆਰਾ ਸੀਗਾ ਜੀ, ਆਹ ਜਮਾਂ ਪੀਲੇਪਨ 'ਚ ਆ ਗਿਆ ਸੀਗਾ, ਅਤੇ ਜ਼ਿਆਦਾ ਪਾਣੀ ਖੜ੍ਹੇ ਕਰਕੇ ਪੱਕੀ ਜ਼ਮੀਨ ਸੀ, ਤਾਂ ਐਂ ਸੀਗਾ ਕਿ ਵੀ ਬਹੁਤ ਜ਼ਿਆਦਾ ਖਰਾਬ ਹੋਇਆ ਹੋਇਆ ਸੀ, ਪੀਲੇਪਨ 'ਚ ਪਲਾਸ 'ਚ ਸੀਗਾ ਪੂਰਾ। ਅਸੀਂ ਪੂਰਾ ਇਹਨੂੰ ਵਾਹੁਣ ਦੀ ਤਿਆਰੀ 'ਚ ਸੀਗੇ। ਉਦੋਂ ਅਸੀਂ ਮਾਡਰਨ ਕ੍ਰੋਪ ਕੈਮੀਕਲ ਕੇਅਰ ਦੇ ਸੰਪਰਕ 'ਚ ਆਏ, ਇਹਨਾਂ ਦੇ ਮਹਿੰਦਰ ਜੀ ਨੇ ਸਾਨੂੰ ਦੱਸਿਆ ਕਿ ਵੀ ਤੁਸੀਂ ਵਾਹੋ ਨਾ, ਸਾਡੇ ਕਿਹਾ ਇੱਕ ਵਾਰੀ ਇਹਨਾਂ ਦੀ ਇੱਕ ਫੰਗੀਸਾਈਡ ਦੀ ਦਵਾਈ ਦਾ ਰਿਜ਼ਲਟ ਵੇਖੋ। ਅਸੀਂ ਆਖਿਆ ਜੀ ਠੀਕ ਹੈ, ਅਤੇ ਇਹਨਾਂ ਨੇ ਉਦੋਂ ਸਾਨੂੰ ਇੱਕ ਦਵਾਈ ਇਹਨਾਂ ਦੀ ਆਉਂਦੀ ਹੈ ਜੀ ਰਮਸਟਾਰ ਕਰਕੇ, ਅਜ਼ੋਕਸੀ 18 ਅਤੇ ਡੈਫਕਨਾਜ਼ੋਲ 11% ਦੀ, ਅਤੇ ਇਹਨਾਂ ਨੇ ਆਖਿਆ ਤੁਸੀਂ ਇਸ ਦਵਾਈ ਦਾ ਲਾ ਕੇ ਵੇਖੋ ਡੈਮੋ ਸਾਡੇ ਇੱਥੇ, ਅਤੇ ਤੁਹਾਨੂੰ ਰਿਜ਼ਲਟ ਜਿਵੇਂ ਦਿਸੂਗਾ ਤਾਂ ਫਿਰ ਤੁਸੀਂ ਆਖਿਓ ਵੀ। ਅੱਜ ਤੁਸੀਂ ਦੇਖ ਸਕਦੇ ਹੋ ਜੀ ਕਿਸਾਨ ਭਰਾਵੋ, ਗੁਬਾਰਾ ਆਪਣਾ ਕਿੰਨਾ ਸੋਹਣਾ ਖੜਾ, ਕਿਸ ਹਾਲਾਤ 'ਚ ਹੈ, ਅਤੇ ਗੁਬਾਰਾ ਜਮ੍ਹਾਂ ਹੈ, ਫਲੀਆਂ ਨਾਲ ਵੀ ਭਰਿਆ ਹੋਇਆ, ਅਤੇ ਕੋਈ ਪੀਲੇਪਨ ਦੀ ਸ਼ਿਕਾਇਤ ਨਹੀਂ ਗੀ। ਐਂ ਨਹੀਂ ਗਾ ਕਿ ਵੀ ਵਾਹੁਣ ਵਾਲਾ, ਹੁਣ ਤਾਂ ਵੱਢਣ ਵਾਲਾ ਹੀ ਹੈ, ਅਤੇ ਬਹੁਤ ਸਾਨੂੰ ਬੜਾ ਚੰਗਾ ਲੱਗਿਆ ਇਹਨਾਂ ਦਾ ਕਿ ਵੀ ਸਾਡੀ ਫਸਲ ਬਤਾਤੀ ਆ। ਆਪਣੇ ਪਲਾਟ ਹੈ ਜੀ ਇੱਥੇ 10 ਕਿੱਲਿਆਂ ਦਾ, ਪੂਰਾ ਸੋਹਣਾ ਸਾਰਾ ਇਹੀ ਸੀਗਾ ਕਿ ਵੀ ਪੂਰਾ ਪਲਾਸ 'ਚ ਸੀ, ਅਤੇ ਅੱਜ ਸਾਰਾ ਇੱਕ ਲੈ ਵਧੀਆ ਕਚਾਰ ਖੜ੍ਹਾ ਹੈ ਜੀ, ਅਤੇ ਕੁਛ ਦਿਨਾਂ 'ਚ ਇਹ ਮੈਨੂੰ ਲੱਗਦਾ 10-15 ਦਿਨਾਂ 'ਚ ਪੱਕ ਜੂਗਾ, ਅਤੇ ਆਪਾਂ ਵੱਢਣ 'ਤੇ ਹੋ ਜਾਵਾਂਗੇ ਜੀ ਇਹਨੂੰ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ।